ਤਕਨੀਕੀ ਕਾਰਨਾਂ ਤੋਂ ਰੋਕਿਆ ਬੋਰਡ ਨਤੀਜਾ 8ਵੀਂ ਦੇ ਬੋਰਡ ਨਤੀਜਿਆਂ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਪੰਜਾਬ ਸਕੂਲ ਸਿੱਖਿਆ ਭਾਗ ਨੇ ਦਿੱਤੀ ਸਫਾਈ ਕਦੋਂ ਆਣਗੇ ਨਤੀਜੇ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਦੱਸਣ ਦੀ ਕੋਸ਼ਿਸ਼ ਕਰਾਂਗੇ ਅਤੇ 12ਵੀਂ ਦੇ ਬੋਰਡ ਵਿਦਿਆਰਥੀਆਂ ਲਈ ਵੀ ਆਈ ਇੱਕ ਵੱਡੀ ਖੁਸ਼ਖਬਰੀ ਨਤੀਜਿਆਂ ਨੂੰ ਲੈ ਕੇ ਤਰੀਖਾਂ ਦਾ ਜਿਹੜਾ ਐਲਾਨ ਹੈ ਕਰ ਦਿੱਤਾ ਗਿਆ ਹੈ ਕਿਹੜੀਆਂ ਹੋਣਗੀਆਂ ਤਰੀਕਾਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਅਗਰ ਤੁਸੀਂ ਸਾਡੇ ਚੈਨਲ ਜੀਡੀ ਟੈਕੀ ਤੇ ਨਵੇਂ ਹੋ ਤਾਂ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਹੁਣ ਦੇਖ ਸਕਦੇ ਹੋ ਇੱਕ ਵੱਡੀ ਅਪਡੇਟ ਜਿਹੜੀ ਨਿਕਲ ਕੇ ਆ ਰਹੀ ਹੈ ਵਿਦਿਆਰਥੀਆਂ ਦੇ ਨਤੀਜਿਆਂ ਦੀ ਉਡੀਕ ਖਤਮ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰਿਆਂ ਨੇ ਕੀਤਾ ਸਾਫ 8ਵੀਂ ਅਤੇ 12ਵੀਂ ਦੇ ਬੋਰਡ ਨਤੀਜੇ 30 ਅਪ੍ਰੈਲ ਨੂੰ ਕੀਤੇ ਜਾਣਗੇ ਜਾਰੀ ਇੱਕ ਵੱਡੀ ਅਪਡੇਟ ਜਿਹੜੀ ਹੈ ਹੁਣ ਨਿਕਲ ਕੇ ਆ ਰਹੀ ਹੈ ਜੀ ਬੋਰਡ ਨਤੀਜਿਆਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ 8ਵੀਂ ਅਤੇ 12ਵੀਂ ਦੇ ਬੋਰਡ ਨਤੀਜੇ ਇੱਕੋ ਦਿਨ ਜਾਰੀ ਕੀਤੇ ਜਾਣਗੇ 30 ਅਪ੍ਰੈਲ ਨੂੰ ਬੋਰਡ ਨਤੀਜੇ ਜਾਰੀ ਕੀਤੇ ਜਾਣਗੇ ਹਾਲਾਂਕਿ ਬੀਤੇ ਦਿਨ ਇੱਕ ਵੱਡੀ ਅਪਡੇਟ ਆਈ ਸੀ ਕਿ 27 April ਨੂੰ 8ਵੀਂ ਬੋਰਡ ਦੇ ਨਤੀਜੇ ਐਲਾਨੇ ਜਾਣੇ ਸੀ ਪਰ ਕੁਝ ਤਕਨੀਕੀ ਕਾਰਨਾਂ ਦੇ ਕਰਕੇ ਪੰਜਾਬ ਸਕੂਲ ਸਿੱਖਿਆਤ ਭਾਗ ਦੇ ਵੱਲੋਂ ਨਤੀਜੇ ਨਹੀਂ ਐਲਾਨੇ ਗਏ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਅਪਡੇਟ ਆ ਚੁੱਕੀ ਹੈ ਕਿ ਜਿਹੜੇ 8ਵੀਂ ਦੇ ਬੋਰਡ ਨਤੀਜੇ ਹੋਣਗੇ ਉਹ ਵੀ 30 April ਨੂੰ ਐਲਾਨੇ ਜਾਣਗੇ ਅਤੇ 12ਵੀਂ ਬੋਰਡ ਦੇ ਨਤੀਜਿਆਂ ਦਾ ਜਿਹੜਾ ਇੰਤਜ਼ਾਰ ਕਰ ਰਹੇ ਨੇ ਵਿਦਿਆਰਥੀ ਉਹਨਾਂ ਦੀ ਉਡੀਕ ਵੀ 30 April ਨੂੰ ਖਤਮ ਹੋਣ ਜਾ ਰਹੀ ਹੈ ਸੋ ਇੱਕ ਦਿਨ ਦੀ ਵੱਡੀ ਅਪਡੇਟ ਪੰਜਾਬ ਸਕੂਲ ਸਿੱਖਿਆ ਭਾਗ ਨਾਲ ਜੁੜੇ ਹੋਏ ਵਿਦਿਆਰਥੀਆਂ ਲਈ ਨਿਕਲ ਕੇ ਆ ਰਹੀ ਸੀ ਨਤੀਜਿਆਂ ਦੀ ਉਡੀਕ ਜਿਹੜੀ ਹੈ ਉਹ ਹੁਣ ਖਤਮ ਹੋਣ ਜਾ ਰਹੀ ਹੈ ਸੋ ਚਾ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਹੋ ਜਿਹੀਆਂ ਖਬਰਾਂ ਵੇਖਣ ਦੇ ਲਈ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ